ਇਟਸ ਯੂਅਰ ਬੋਡੀ ਹੋਲੀ ਬਾਬਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ ਬੋੜੀ ਹੋਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਅੱਜ ਮੈਂ ਤੁਹਾਡੇ ਸਾਰਿਆਂ ਦੀ ਫਰਮਾਇਸ਼ ਤੇ ਕਿੰਗ ਆਫ ਭੰਗੜਾ ਗੋਲਡਨ ਸਟਾਰ ਮਲਕੀਤ ਸਿੰਘ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਇਆ। ਜਿਨ੍ਹਾਂ ਨੇ ਪੰਜਾਬ ਤੇ ਇੰਡੀਆ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕੀਤਾ ਤੇ ਅੱਜ ਉਹਨਾਂ ਦੇ ਕਰੋੜਾਂ ਫੈਨ ਆ। ਸੋ ਦੋਸਤੋ, ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ, ਕਿਉਂਕਿ ਆਪਾਂ ਅੱਜ ਦੀ ਵੀਡੀਓ ਵਿੱਚ ਮਲਕੀਤ ਸਿੰਘ ਜੀ ਦੀ ਲਾਈਫ ਬਾਰੇ, ਉਹਨਾਂ ਦੀ ਫੈਮਿਲੀ ਬਾਰੇ, ਉਹਨਾਂ ਦੇ ਸੰਘਰਸ਼ ਬਾਰੇ ਪੂਰੇ ਵਿਸਤਾਰ ਵਿੱਚ ਗੱਲਬਾਤ ਕਰਾਂਗੇ ਤੇ ਇਸ ਦੇ ਨਾਲ ਆਪਾਂ ਇਹ ਵੀ ਗੱਲ ਕਰਾਂਗੇ ਕਿ ਉਹਨਾਂ ਨੂੰ ਗੋਲਡਨ ਸਟਾਰ ਕਿਉਂ ਕਹਿੰਦੇ ਆ। ਸੋ ਦੋਸਤੋ, ਹੁਣ ਥੋੜ੍ਹਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸਭ ਤੋਂ ਪਹਿਲਾਂ ਆਪਾਂ ਮਲਕੀਤ ਸਿੰਘ ਦੇ ਜੀਵਨ 'ਤੇ ਇੱਕ ਝਾਤ ਮਾਰਦੇ ਹਾਂ। ਸੋ ਦੋਸਤੋ, ਜਿੰਨੇ ਵੀ ਮਲਕੀਤ ਸਿੰਘ ਦੇ ਫੈਨ ਆ, ਇਸ ਵੀਡੀਓ ਨੂੰ ਜਲਦੀ ਜਲਦੀ ਲਾਈਕ ਕਰ ਦਿਓ ਤੇ ਜੇਕਰ ਤੁਸੀਂ ਆਪਣਾ ਚੈਨਲ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਜਲਦੀ ਜਲਦੀ ਆਪਣਾ ਚੈਨਲ ਵੀ ਸਬਸਕ੍ਰਾਈਬ ਕਰ ਲਓ। ਸੋ ਦੋਸਤੋ, ਆਓ ਆਪਾਂ ਹੁਣ ਮਲਕੀਤ ਸਿੰਘ ਜੀ ਬਾਰੇ ਗੱਲ ਕਰਦੇ ਹਾਂ। ਗੋਲਡਨ ਸਟਾਰ ਮਲਕੀਤ ਸਿੰਘ ਦਾ ਜਨਮ ਪਿੰਡ ਹੁਸੈਨਪੁਰ, ਜ਼ਿਲ੍ਹਾ ਜਲੰਧਰ, ਪੰਜਾਬ ਵਿਖੇ ਹੋਇਆ ਤੇ ਉਹ ਆਪਣੇ ਪੰਜ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਆ। ਉਹਨਾਂ ਨੇ 4 ਸਾਲ ਦੀ ਉਮਰ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਨੇ ਆਪਣੀ ਮੁੱਢਲੀ ਵਿੱਦਿਆ ਆਪਣੇ ਪਿੰਡ ਦੇ ਸਕੂਲ ਤੋਂ ਹੀ ਹਾਸਲ ਕੀਤੀ ਤੇ ਜਦੋਂ ਉਹ ਸਕੂਲ ਵਿੱਚ ਪੜ੍ਹ ਰਹੇ ਸੀ ਤਾਂ ਉਹ ਅਕਸਰ ਹੀ ਜਿੰਨੇ ਵੀ ਉਹਨਾਂ ਦੇ ਸਕੂਲ ਵਿੱਚ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਸੀ ਉਹਨਾਂ ਵਿੱਚ ਭਾਗ ਲੈਂਦੇ ਸੀ ਤੇ ਹਮੇਸ਼ਾ ਗੀਤ ਗਾਉਂਦੇ ਰਹਿੰਦੇ ਸੀ। ਉਹਨਾਂ ਨੂੰ ਬਚਪਨ ਤੋਂ ਹੀ ਫੋਕ ਸਿੰਗਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਤੇ ਉਹ ਬੋਲੀਆਂ ਵੀ ਬਚਪਨ ਤੋਂ ਹੀ ਪਾਉਂਦੇ ਆ ਰਹੇ ਆ। ਉਹਨਾਂ ਨੇ ਆਪਣੀ ਸਕੂਲਿੰਗ ਕੰਪਲੀਟ ਕਰਨ ਤੋਂ ਬਾਅਦ ਲੈਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਦਾਖਲਾ ਲਿਆ ਤੇ ਉੱਥੋਂ ਆਪਣੀ ਗ੍ਰੈਜੂਏਸ਼ਨ ਕੀਤੀ। ਉਹਨਾਂ ਨੇ ਕਾਲਜ ਪੜ੍ਹਦੇ ਸਮੇਂ ਬਹੁਤ ਸਾਰੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਭਾਗ ਲਿਆ ਤੇ ਆਪਣੇ ਕਾਲਜ ਨੂੰ ਬਹੁਤ ਸਾਰੇ ਕੰਪੀਟੀਸ਼ਨ ਜਿਤਾਏ। ਮਲਕੀਤ ਸਿੰਘ ਨੇ ਮਿਊਜ਼ਿਕ ਦੀਆਂ ਬਰੀਕੀਆਂ ਪ੍ਰੋਫੈਸਰ ਇੰਦਰਜੀਤ ਸਿੰਘ ਤੋਂ ਸਿੱਖੀਆਂ ਤੇ ਉਹ ਇਹ ਵੀ ਮੰਨਦੇ ਆ ਕਿ ਉਹਨਾਂ ਦੀ ਕਾਮਯਾਬੀ ਪਿੱਛੇ ਉਹਨਾਂ ਦੇ ਪ੍ਰੋਫੈਸਰ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਆ। ਦੋਸਤੋ, ਮਲਕੀਤ ਸਿੰਘ ਨੂੰ ਬਚਪਨ ਵਿੱਚ ਸਿੰਗਿੰਗ ਦੇ ਨਾਲ ਨਾਲ ਕਬੱਡੀ ਖੇਡਣ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਸੀ। ਸੋ ਇਸੇ ਕਾਰਨ ਉਹ ਲਗਭਗ 8ਵੀਂ-9ਵੀਂ ਕਲਾਸ ਤੱਕ ਬਹੁਤ ਵਧੀਆ ਕਬੱਡੀ ਵੀ ਖੇਡਦੇ ਰਹੇ। ਦੋਸਤੋ, ਮਲਕੀਤ ਸਿੰਘ ਸੰਨ 1984 ਵਿੱਚ ਇੰਡੀਆ ਤੋਂ ਬਰਮਿੰਗਮ ਇੰਗਲੈਂਡ ਚਲੇ ਗਏ ਤੇ ਉੱਥੇ ਜਾ ਕੇ ਵਸ ਗਏ। ਉਹਨਾਂ ਦੀ ਡੈਬਿਊ ਐਲਬਮ ਸੰਨ 1986 ਵਿੱਚ ਆਈ, ਜਿਸ ਦਾ ਨਾਮ ਸੀ ਨੱਚ ਗਿੱਧੇ ਵਿੱਚ। ਇਸ ਤੋਂ ਬਾਅਦ ਉਹਨਾਂ ਦੀ ਆਈ ਲਵ ਗੋਲਡਨ ਸਟਾਰ, ਫਿਰ ਪੁੱਤ ਸਰਦਾਰਾਂ ਦੇ। ਉਹਨਾਂ ਦੀਆਂ ਹੁਣ ਤੱਕ 23 ਤੋਂ ਵੀ ਜ਼ਿਆਦਾ ਐਲਬਮ ਆ ਚੁੱਕੀਆਂ ਤੇ ਬਹੁਤ ਸਾਰੇ ਸਿੰਗਲ ਟਰੈਕ ਵੀ ਆਏ ਆ। ਦੋਸਤੋ, ਮਲਕੀਤ ਸਿੰਘ ਦਾ ਪਹਿਲਾ ਗੀਤ ਗੁੜ ਨਾਲੋਂ ਇਸ਼ਕ ਮਿੱਠਾ, ਇਹ ਸੁਪਰ ਹਿੱਟ ਹੋਇਆ ਸੀ। ਇਸ ਗੀਤ ਨੇ ਉਹਨਾਂ ਦੀ ਜ਼ਿੰਦਗੀ ਹੀ ਬਦਲ ਦਿੱਤੀ ਸੀ। ਇਹ ਗੀਤ ਵਿੱਚ ਤੂੰਬੀ ਵੀ ਖੁਦ ਮਲਕੀਤ ਸਿੰਘ ਜੀ ਨੇ ਵਜਾਈ ਸੀ। ਇਹ ਗੀਤ ਲਗਭਗ 13 ਮਿੰਟ ਦਾ ਸੀ। ਸੋ ਦੋਸਤੋ, ਬਹੁਤ ਹੀ ਵੱਡਾ ਗੀਤ ਸੀ, ਪਰ ਇਸ ਗੀਤ ਨੂੰ ਇੰਨਾ ਜ਼ਿਆਦਾ ਉਸ ਸਮੇਂ ਪਸੰਦ ਕੀਤਾ ਗਿਆ, ਹਰ ਇੱਕ ਵਿਆਹ ਸ਼ਾਦੀ ਦੇ ਪ੍ਰੋਗਰਾਮ ਵਿੱਚ ਇਹ ਗੀਤ ਚੱਲਦਾ ਸੀ ਤੇ ਦਰਸ਼ਕਾਂ ਨੇ ਇਸ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ। ਇਸ ਤੋਂ ਬਿਨਾਂ ਦੋਸਤੋ, ਜੇ ਆਪਾਂ ਮਲਕੀਤ ਸਿੰਘ ਦੇ ਕੁਝ ਹੋਰ ਸੁਪਰਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਹਨੇ ਤੂਤਕ ਤੂਤਕ ਤੂਤੀਆਂ, ਕੁੜੀ ਗਰਮ ਜਹੀ, ਦੇਖ ਲਈ ਵਲੈਤ, ਚੱਲ ਹੁਣ। ਦੋਸਤੋ, ਜਿੰਦ ਮਾਹੀ ਗੀਤ ਫਿਲਮ ਬੈਂਡ ਇਟ ਲਾਈਕ ਬੈਕਮ ਵਿੱਚ ਵੀ ਫੀਚਰਡ ਹੋਇਆ ਤੇ ਇਸ ਤੋਂ ਬਿਨਾਂ ਉਹਨਾਂ ਦਾ ਗੀਤ ਤੂਤਕ ਤੂਤਕ ਤੂਤੀਆਂ ਇੱਕ ਬਾਲੀਵੁੱਡ ਫਿਲਮ ਵਿੱਚ ਆਇਆ ਤੇ ਇਸੇ ਨਾਮ ਤੇ ਬਾਲੀਵੁੱਡ ਫਿਲਮ ਵੀ ਬਣੀ ਜਿਸ ਵਿੱਚ ਸੋਨੂ ਸੂਦ ਨੇ ਕੰਮ ਕੀਤਾ। ਦੋਸਤੋ, ਹੁਣ ਆਪਾਂ ਮਲਕੀਤ ਸਿੰਘ ਦੇ ਅਵਾਰਡਸ ਦੀ ਗੱਲ ਕਰਦੇ ਹਾਂ, ਕਿਉਂਕਿ ਉਹਨਾਂ ਨੇ ਆਪਣੇ ਜੀਵਨ ਵਿੱਚ ਕੁਝ ਅਜਿਹੇ ਅਵਾਰਡ ਵੀ ਜਿੱਤੇ ਜਿਸ ਨਾਲ ਉਹਨਾਂ ਨੇ ਪੰਜਾਬ ਤੇ ਇੰਡੀਆ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕੀਤਾ। ਮਲਕੀਤ ਸਿੰਘ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਵੀ ਦਰਜ ਆ, ਕਿਉਂਕਿ ਉਹ ਹੁਣ ਤੱਕ ਦੇ ਸਭ ਤੋਂ ਵੱਡੇ ਭੰਗੜਾ ਸੋਲੋ ਆਰਟਿਸਟ ਆ, ਜਿਨ੍ਹਾਂ ਦੇ 4.9 ਮਿਲੀਅਨ ਰਿਕਾਰਡਸ ਦਾ ਗਾਣੇ ਵਿਕ ਚੁੱਕੇ ਨੇ ਉਹਨਾਂ ਦੇ 32 ਸਾਲ ਦੇ ਕਰੀਅਰ ਦੌਰਾਨ। ਇਸ ਤੋਂ ਬਿਨਾਂ ਮਲਕੀਤ ਸਿੰਘ ਦਾ ਗੀਤ ਤੂਤਕ ਤੂਤਕ ਤੂਤੀਆਂ ਹੁਣ ਤੱਕ ਦਾ ਸਭ ਤੋਂ ਤੇਜ਼ੀ ਨਾਲ ਵਿਕਣ ਵਾਲਾ ਤੇ ਹੁਣ ਤੱਕ ਦਾ ਸਭ ਤੋਂ ਸਕਸੈਸਫੁਲ ਭੰਗੜਾ ਸੌਂਗ ਆ। ਇਹ ਗੀਤ ਸੰਨ 1990 ਵਿੱਚ ਤੂਤਕ ਤੂਤਕ ਤੂਤੀਆਂ ਐਲਬਮ ਵਿੱਚ ਆਇਆ ਸੀ ਤੇ ਦੋਸਤੋ, ਮਲਕੀਤ ਸਿੰਘ ਨੂੰ PTC ਪੰਜਾਬੀ ਵੱਲੋਂ ਪੰਜਾਬੀ ਮਿਊਜ਼ਿਕ ਗੋਲਡਨ ਸਟਾਰ ਦਾ ਅਵਾਰਡ ਵੀ ਦਿੱਤਾ ਗਿਆ। ਇਸ ਦੇ ਨਾਲ ਹੀ ਮਲਕੀਤ ਸਿੰਘ ਜੀ
ਜੀ ਨੂੰ ਸੰਨ 2001 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ 27ਵੀਂ ਕਨਵੋਕੇਸ਼ਨ ਤੇ ਗੋਲਡ ਮੈਡਲ ਅਵਾਰਡ ਡਾਕਟਰੇਟ ਨਾਲ ਸਨਮਾਨਿਤ ਕੀਤਾ ਗਿਆ ਤੇ ਸੰਨ 2005 ਵਿੱਚ ਯੂਕੇ ਏਸ਼ੀਅਨ ਮਿਊਜ਼ਿਕ ਅਵਾਰਡਸ ਦੇ ਮਲਕੀਤ ਸਿੰਘ ਜੀ ਨੂੰ ਕਮਿਟਮੈਂਟ ਟੂ ਸੀਨ ਅਵਾਰਡ ਨਾਲ ਨਵਾਜਿਆ ਗਿਆ। ਇਸ ਤੋਂ ਬਿਨਾਂ ਮਲਕੀਤ ਸਿੰਘ ਜੀ ਪਹਿਲੇ ਪੰਜਾਬੀ ਸਿੰਗਰ ਤੇ ਏਸ਼ੀਅਨ ਸਿੰਗਰ ਆ ਜਿਨ੍ਹਾਂ ਨੂੰ ਕੁਈਨ ਅਲਿਜ਼ਾਬੈਥ 2 ਦੁਆਰਾ ਬਕਿੰਗਮ ਪੈਲਸ ਵਿਖੇ ਸੰਨ 2008 ਵਿੱਚ MBE ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਬਿਨਾਂ ਮਲਕੀਤ ਸਿੰਘ ਦਾ ਸੋਹਣਾ ਪੰਜਾਬੀ ਪਹਿਰਾਵਾ, ਪੰਜਾਬੀ ਡਰੈਸ ਵੇਖ ਕੇ ਕੁਈਨ ਅਲਿਜ਼ਾਬੈਥ ਨੇ ਉਹਨਾਂ ਦੀ ਬਹੁਤ ਜ਼ਿਆਦਾ ਪ੍ਰਸ਼ੰਸਾ ਕੀਤੀ ਤੇ ਕਿਹਾ, ਯੂ ਲੁੱਕ ਲਾਈਕ ਮਹਾਰਾਜਾ ਪਟਿਆਲਾ। ਸੋ ਮਲਕੀਤ ਸਿੰਘ ਮੰਨਦੇ ਆ ਕਿ ਉਹਨਾਂ ਲਈ ਇਹ ਸਭ ਤੋਂ ਵੱਡਾ ਅਵਾਰਡ ਸੀ ਤੇ ਜੋ ਕੁਈਨ ਅਲਿਜ਼ਾਬੈਥ ਨੇ ਉਹਨਾਂ ਦੀ ਪ੍ਰਸ਼ੰਸਾ ਕੀਤੀ ਉਹ ਹਮੇਸ਼ਾ ਉਸਨੂੰ ਯਾਦ ਕਰਦੇ ਤੇ ਖੁਸ਼ ਹੁੰਦੇ ਆ। ਤੇ ਸੰਨ 2012 ਵਿੱਚ ਮਲਕੀਤ ਸਿੰਘ ਨੂੰ ਬਰਮਿੰਗਮ ਵਾਕ ਆਫ ਸਟਾਰਸ ਦੇ ਸਟਾਰ ਖਿਤਾਬ ਨਾਲ ਨਵਾਜਿਆ ਗਿਆ। ਸੋ ਦੋਸਤੋ, ਇਹ ਸੀ ਕੁਝ ਅਵਾਰਡਸ ਜੋ ਕਿ ਮਲਕੀਤ ਸਿੰਘ ਨੇ ਆਪਣੇ ਜੀਵਨ ਵਿੱਚ ਜਿੱਤੇ, ਜਿਸ ਨਾਲ ਉਹਨਾਂ ਨੇ ਪੂਰੀ ਦੁਨੀਆ ਵਿੱਚ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ। ਦੋਸਤੋ, ਹੁਣ ਆਪਾਂ ਗੱਲ ਕਰਦੇ ਹਾਂ ਕਿ ਮਲਕੀਤ ਸਿੰਘ ਨੂੰ ਗੋਲਡਨ ਸਟਾਰ ਕਿਉਂ ਕਹਿੰਦੇ, ਕਿਉਂਕਿ ਬਹੁਤ ਸਾਰੇ ਦਰਸ਼ਕਾਂ ਦਾ ਇਹ ਅਕਸਰ ਹੀ ਸਵਾਲ ਹੁੰਦਾ। ਦੋਸਤੋ, ਉਹਨਾਂ ਨੂੰ ਗੋਲਡਨ ਸਟਾਰ ਇਸ ਲਈ ਕਹਿੰਦੇ ਆ ਕਿਉਂਕਿ ਜਿਸ ਸਮੇਂ ਉਹ ਇੰਗਲੈਂਡ ਗਏ ਉੱਥੇ ਜਾ ਕੇ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਕੁਝ ਲੋਕਾਂ ਨੇ ਸੁਜੈਸਟ ਕੀਤਾ ਕਿ ਤੁਹਾਨੂੰ ਆਪਣਾ ਇੱਕ ਬੈਂਡ ਬਣਾਉਣਾ ਚਾਹੀਦਾ ਕਿਉਂਕਿ ਇੰਗਲੈਂਡ ਵਿੱਚ ਜ਼ਿਆਦਾਤਰ ਜੋ ਗੋਰੇ ਸਿੰਗਰ ਆ ਉਹ ਗਾਉਂਦੇ ਆ ਤਾਂ ਉਹਨਾਂ ਦਾ ਇੱਕ ਬੈਂਡ ਹੁੰਦਾ, ਜੇ ਇਕੱਲਾ ਬੰਦਾ ਗਾਉਂਦਾ ਤਾਂ ਉਸਨੂੰ ਸੋਲੋ ਆਰਟਿਸਟ ਮੰਨਿਆ ਜਾਂਦਾ। ਸੋ ਉਹਨਾਂ ਨੇ ਕਿਹਾ ਕਿ ਤੁਹਾਨੂੰ ਇੱਕ ਗਰੁੱਪ ਬਣਾਉਣਾ ਚਾਹੀਦਾ, ਇੱਕ ਬੈਂਡ ਬਣਾਉਣਾ ਚਾਹੀਦਾ ਤੇ ਉਸਦਾ ਨਾਮ ਰੱਖਣਾ ਚਾਹੀਦਾ। ਸੋ ਇਸੇ ਕਾਰਨ ਹੀ ਫਿਰ ਮਲਕੀਤ ਸਿੰਘ ਨੇ ਇਹ ਸੋਚਿਆ ਕਿ ਅਸੀਂ ਵੀ ਆਪਣਾ ਇੱਕ ਬੈਂਡ ਬਣਾਉਂਦੇ ਤੇ ਉਸਦਾ ਨਾਮ ਰੱਖਦੇ ਹਾਂ। ਜਿਵੇਂ ਜਿਸ ਸਮੇਂ ਮਲਕੀਤ ਸਿੰਘ ਕਾਲਜ ਵਿੱਚ ਪੜ੍ਹਦੇ ਸੀ ਤਾਂ ਉਹਨਾਂ ਨੇ ਗੋਲਡ ਮੈਡਲ ਜਿੱਤਿਆ ਸੀ, ਸੋ ਉਹਨਾਂ ਨੇ ਸੋਚਿਆ ਕਿ ਅਸੀਂ ਆਪਣੇ ਬੈਂਡ ਦਾ ਨਾਮ ਗੋਲਡਨ ਸਟਾਰ ਰੱਖਦੇ ਹਾਂ ਕਿਉਂਕਿ ਉਹਨਾਂ ਨੂੰ ਗੋਲਡ ਮੈਡਲ ਮਿਲਿਆ ਸੀ ਉਸ ਸਮੇਂ। ਸੋ ਇਸੇ ਕਾਰਨ ਹੀ ਫਿਰ ਉਹਨਾਂ ਨੇ ਆਪਣੇ ਬੈਂਡ ਦਾ ਨਾਮ ਗੋਲਡ ਸਟਾਰ ਰੱਖ ਲਿਆ ਤੇ ਹੁਣ ਲੋਕ ਉਹਨਾਂ ਨੂੰ ਮਲਕੀਤ ਸਿੰਘ ਗੋਲਡਨ ਸਟਾਰ ਦੇ ਨਾਮ ਨਾਲ ਜਾਣਦੇ ਆ। ਦੋਸਤੋ, ਹੁਣ ਆਪਾਂ ਮਲਕੀਤ ਸਿੰਘ ਜੀ ਦੀ ਫੈਮਿਲੀ ਦੀ ਗੱਲ ਕਰਦੇ ਹਾਂ। ਉਹਨਾਂ ਦੀ ਫੈਮਿਲੀ ਵਿੱਚ ਉਹਨਾਂ ਦੀ ਵਾਈਫ, ਉਹਨਾਂ ਦੀ ਬੇਟੀ ਅਮਰਦੀਪ ਤੇ ਉਹਨਾਂ ਦਾ ਇੱਕ ਬੇਟਾ। ਸੋ ਦੋਸਤੋ, ਇਹ ਸੀ ਮਲਕੀਤ ਸਿੰਘ ਦੀ ਬਾਇਓਗ੍ਰਾਫੀ। ਮੈਨੂੰ ਉਮੀਦ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਜੇ ਦੋਸਤੋ ਵੀਡੀਓ ਵਧੀਆ ਲੱਗੀ, ਤੁਸੀਂ ਮਲਕੀਤ ਸਿੰਘ ਦੇ ਫੈਨ ਆ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਨਾਲ ਦੀ ਨਾਲ ਇਸ ਵੀਡੀਓ ਦੇ ਹੇਠਾਂ ਕਮੈਂਟਾਂ ਵਿੱਚ ਲਿਖੋ ਫੈਨ ਮਲਕੀਤ ਸਿੰਘ ਦੇ ਤੇ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਮਲਕੀਤ ਸਿੰਘ ਦੇ ਜੀਵਨ ਤੇ ਸੰਘਰਸ਼ ਬਾਰੇ ਜਾਣ ਸਕਣ। ਤੇ ਅੰਤ ਵਿੱਚ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੋਲੀ ਬਾਬਾ ਜੀ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਵਧੀਆ ਵਧੀਆ ਵੀਡੀਓ ਹਰ ਰੋਜ਼ ਵੇਖਣ ਲਈ ਆਪਣੇ ਚੈਨਲ ਨੂੰ ਇਸ ਵੀਡੀਓ ਦੇ ਹੇਠਾਂ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਨਾਲ ਆ ਰਹੇ ਬੈਲ ਦੇ ਬਟਨ 'ਤੇ ਵੀ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਇੰਨੇ ਸ਼ਬਦਾਂ ਨਾਲ ਆਪਣੇ ਦੋਸਤ ਜਗਮੀਤ ਬਰਾੜ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਤੁਸੀਂ ਖੁਸ਼ ਰਹੋ, ਤੰਦਰੁਸਤ ਰਹੋ। ਸਤਿ ਸ਼੍ਰੀ ਅਕਾਲ।